ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਜਤਿੰਦਰ ਸਿੰਘ ਰੰਧਾਵਾ। ਅੱਜ ਅਸੀਂ ਵਿਸ਼ੇਸ਼ ਤੌਰ 'ਤੇ ਇੱਕ ਅਜਿਹੇ ਮਹਿਮਾਨ ਨੂੰ ਆਪਣੇ ਸਟੂਡੀਓ ਵਿੱਚ ਸੱਦਾ ਦਿੱਤਾ ਜਿਹੜੇ ਕਿ ਇੱਥੋਂ ਦੀ ਸਥਾਨਕ ਪੋਲੀਟਿਕਸ ਵਿੱਚ ਬੜੇ ਵਧੀਆ ਤਰੀਕੇ ਨਾਲ ਇਨਵੋਲਵਡ ਹੈਗੇ ਆ ਅਤੇ ਆਉਣ ਵਾਲੇ 3 ਨਵੰਬਰ ਨੂੰ ਉਹ ਇੱਕ ਇਲੈਕਸ਼ਨ ਵੀ ਲੜ ਰਹੇ ਆ। ਇਲੈਕਸ਼ਨ ਹੈਗੀ ਆ ਸਮੱਡ ਬੋਰਡ ਦੀ, ਇਹ ਡਿਸਟ੍ਰਿਕਟ 5 ਜਿਹੜਾ ਕਿ ਸੈਕਰਾਮੈਂਟੋ ਕਾਊਂਟੀ 'ਚ ਪੈਂਦਾ ਅਤੇ ਉੱਥੋਂ ਇਲੈਕਸ਼ਨ ਲੜ ਰਹੇ ਆ। ਸਾਡੀ ਪੰਜਾਬੀ ਕੁੜੀ ਆ ਅਤੇ ਉਮੀਦ ਕਰਦੇ ਹਾਂ ਕਿ ਇਹ ਜ਼ਰੂਰ ਕਾਮਯਾਬ ਹੋ ਕੇ ਵੀ ਸਾਡੇ ਸਾਹਮਣੇ ਆਏਗੀ ਅਤੇ ਹੋਰ ਵੀ ਨਾਂ ਜਿਹੜਾ ਅੱਗੇ ਰੋਸ਼ਨ ਕਰੇਗੀ। ਫਾਤਮਾ ਜੀ, ਪਹਿਲਾਂ ਤਾਂ ਸਵਾਗਤ ਕਰਦੇ ਤੁਹਾਡਾ ਪੰਜਾਬ ਮੇਲ ਸਟੂਡੀਓ ਵਿੱਚ। ਹੈਲੋ, ਕੈਸੇ ਹੋ? ਠੀਕ ਹੈ, ਸਤਿ ਸ਼੍ਰੀ ਅਕਾਲ। ਪਹਿਲੀ ਗੱਲ ਤਾਂ ਇਹ ਹੈ ਕਿ ਡਿਸਟ੍ਰਿਕਟ 5 ਜਿਹੜਾ ਹੈਗਾ ਕਿਹੜਾ ਏਰੀਆ ਪੈ ਜਾਂਦਾ ਕਾਉਂਟੀ 'ਚ? ਜੀ ਹਾਂਜੀ, ਡਿਸਟ੍ਰਿਕਟ 5 ਜਿਹੜਾ ਹੈਗਾ ਉਹ ਸ਼ੁਰੂ ਹੁੰਦਾ ਡਾਊਨ ਟਾਊਨ ਦੇ ਵਿੱਚ, ਜਿਹੜਾ ਬ੍ਰਾਡਵੇ ਸਟਰੀਟ ਹੈਗੀ ਹੈ ਤੇ 29th ਸਟਰੀਟ, ਤੇ ਉਸ ਤੋਂ ਜਾਂਦਾ ਨੋਰਥ ਸੈਕਰਾਮੈਂਟੋ ਦੇ ਵਿੱਚ ਤੇ ਫਿਰ ਪੂਰਾ ਨਟੋਮਾ ਏਅਰਪੋਰਟ, ਸੈਕਰਾਮੈਂਟੋ ਏਅਰਪੋਰਟ ਦੀ ਤਰਫ ਗਾਰਡਨ ਹਾਈਵੇ ਤੋਂ ਤੇ ਸਾਰਾ ਰਿਓ ਲਿੰਡਾ ਦਾ ਜਿਹੜਾ ਇਲਾਕਾ ਹੈਗਾ ਤੇ ਥੋੜਾ ਜਿੰਨਾ ਉਹ ਆਰਡਨ ਆਰਕੇਡ ਨੂੰ ਜਿਹੜਾ ਬੋਲਦੇ ਨੇ ਉਹ ਕੈਲੈਕਸਪੋ ਦੀ ਤਰਫ ਤੇ ਹਵਾ ਬਣੇ ਨੂੰ ਤੇ ਰੋਜ਼ਵੇਲ ਰੋਡ, ਤੋ ਕਹਿੰਦਾ ਮਤਲਬ 80 ਦਾ ਨੇੜੇ ਤੇੜੇ ਜਿਹੜਾ ਸਾਰਾ ਏਰੀਆ ਹੈਗਾ ਜ਼ਿਆਦਾ ਤੋਂ ਜ਼ਿਆਦਾ let's say 5 out of 7 jere board members hai gane ji ji koi ona de election de vich aanda nahi okay te o automatically o waise jitte like ha uncontested ha uncontested ho jande to eh jehri race hai gi hai 5 district da sabse pehli baar election de vich koi aaya theek hai 12 saal okay ne as seat da jera hale jera banda hai ga acha ji kinne candidate hai ge tode halke ch sirf main te jera ਸਾਨੂੰ ਵੀ ਇਨਫੋਰਮ ਕਰਨਾ ਚਾਹੀਦਾ ਪਾਲਿਸੀਜ਼, ਇੱਕ ਤਾਂ ਹੈਗਾ ਯਾ ਪੈਂਡੇਮਿਕ ਕੋਰੋਨਾ ਵਾਇਰਸ ਦੀ ਵਜ੍ਹਾ ਤੋਂ, ਤੇ ਦੂਜਾ ਜਿਹੜਾ ਹੈਗਾ ਸਾਨੂੰ ਪਤਾ ਕਲਾਈਮੇਟ ਚੇਂਜ ਬਹੁਤ ਜ਼ਰੂਰੀ ਔਰ ਇੰਪੋਰਟੈਂਟ ਮਾਮਲਾ ਹੈਗਾ, ਔਰ ਜਿਹੜੇ ਸਾਰੇ ਫਾਇਰਸ ਲੱਗੇ ਹੋਏ ਨੇ ਤੇ ਬਿਜਲੀ ਚਾਹੀਦੀ ਹੈ ਲੋਕਾਂ ਨੂੰ, ਸਾਨੂੰ ਪਾਰਟੀਸਿਪੇਟ ਕਰਨਾ ਚਾਹੀਦਾ, ਟੈਂਸ਼ਨ ਨਹੀਂ ਪੇ ਕਰਨਾ ਚਾਹੀਦੀ। ਤੁਸੀਂ ਹੁਣੇ ਹੁਣੇ ਦੱਸਿਆ ਕਿ ਪੈਂਡੇਮਿਕ ਕਰਕੇ ਕਿ ਇਸ ਵੇਲੇ ਕਾਫੀ ਉਹਦਾ ਕੰਮ ਕਰਨ ਦੀ ਜ਼ਰੂਰਤ ਹੈਗੀ ਆ, ਪਰ ਤੁਹਾਨੂੰ ਇਲੈਕਸ਼ਨ ਕੈਂਪੇਨ ਚ ਨਹੀਂ ਇਹਦੀ ਕੋਈ ਪ੍ਰੋਬਲਮ ਆਈ? ਜਿਹੜਾ ਕੋਰੋਨਾ ਵਾਇਰਸ ਦੀ ਵਜ੍ਹਾ ਤੋਂ ਜ਼ਰਾ ਜਿਹੜਾ ਕੈਂਪੇਨ ਹੈਗਾ ਹੁਣ ਬਹੁਤ ਡਿਫਰੈਂਟ ਤਰੀਕੇ ਦੀ ਤਰ੍ਹਾਂ ਕਰਨਾ ਚਾਹੀਦਾ, ਕਿਉਂਕਿ ਅਸੀਂ ਹੁਣ ਮਿਲ ਨਹੀਂ ਸਕਦੇ ਪਰਸਨ ਦੇ ਵਿੱਚ, ਤੇ ਜ਼ਿਆਦਾ ਤੋਂ ਜ਼ਿਆਦਾ ਸਾਡੀ ਕੈਂਪੇਨ ਜਿਹੜੀ ਹੈਗੀ ਆ ਆਨਲਾਈਨ ਹੈਗੀ, ਫੇਸਬੁੱਕ ਤੇ ਇੰਸਟਾਗ੍ਰਾਮ, ਵੈਬਸਾਈਟ ਜਿਹੜੀ ਹੈਗੀ ਹੈ ਮੇਰੀ, ਤੋ ਆਨਲਾਈਨ ਸਟ੍ਰੈਟਜੀ ਅਸੀਂ ਯੂਜ਼ ਕਰਦੇ ਪਏ ਨੇ, ਜਿਹੜਾ ਮੀਡੀਆ ਹੈਗਾ ਵੀਡੀਓਜ਼, ਔਰ ਅਸੀਂ ਸਾਰੇ ਵੋਟਰਸ ਨੂੰ ਟੈਕਸਟ ਮੈਸੇਜ ਭੇਜਦੇ ਪਏ ਨੇ ਤੇ ਫੋਨ ਕਾਲਾਂ ਕਰਦੇ ਪਏ ਨੇ ਦੱਸਣ ਕਿ ਅਸੀਂ ਇਲੈਕਸ਼ਨ ਦੇ ਵਿੱਚ ਲੜਦੇ ਪਏ ਨੇ। ਤੁਸੀਂ ਪਹਿਲੀ ਵਾਰੀ ਇਲੈਕਸ਼ਨ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਇਲੈਕਸ਼ਨ ਲੜ ਰਹੇ ਹੋ, ਤੁਹਾਨੂੰ ਕਿੰਨੇ ਅਨਕਰਜ ਕੀਤਾ ਕਿ ਅਮਰੀਕਨ ਪੋਲਿਟਿਕਸ ਵਿੱਚ ਇਨਵੋਲਵਮੈਂਟ ਕਰੋ? ਯਾ ਬਹੁਤ ਜਿਹੜਾ ਹੈਗਾ ਮੈਂ ਹੁਣ ਮੈਨੂੰ 15 ਸਾਲ ਹੋ ਗਏ ਨੇ, ਮੈਂ ਨਾਨ ਪ੍ਰੋਫਿਟ ਸੈਕਟਰ ਦੇ ਵਿੱਚ ਕੰਮ ਕਰਦੀ ਪਈ ਸੀ ਤੇ ਨਾਨ ਪ੍ਰੋਫਿਟ ਬੋਰਡ ਤੇ ਵੀ ਮੈਂ ਸਰਵ ਕੀਤਾ ਹੋਇਆ, ਔਰ ਜਿਹੜਾ ਸਿਟੀ ਆਫ ਸੈਕਰਾਮੈਂਟੋ ਦਾ ਪਾਰਕਸ ਐਂਡ ਰੈਕਰੀਏਸ਼ਨ ਕਮਿਸ਼ਨ ਹੈਗਾ ਮੈਨੂੰ 7 ਸਾਲ ਹੋ ਗਏ ਨੇ ਉਸ ਸੀਟ ਦੇ ਵਿੱਚ, ਠੀਕ ਹੈ, ਮੈਂ ਅਪੁਆਇੰਟਡ ਹੈਗੀ ਸੀ ਤੇ ਹੁਣ ਜਿਹੜਾ ਸਮਾਰਟ ਬੋਰਡ ਹੈਗਾ ਜਿਹੜੇ ਕਮਿਊਨਿਟੀ ਦੇ ਲੋਕ ਹੈਗੇ ਨੇ ਜ਼ਿਆਦਾ ਤੋਂ ਜ਼ਿਆਦਾ ਕਲਾਈਮੇਟ ਚੇਂਜ ਦੇ ਐਕਟਿਵਿਸਟ ਤੇ ਜਿਹੜਾ ਸੋਲਰ ਜਿਹੜਾ ਇੰਡਸਟਰੀ ਹੈਗੀ ਹੈ ਉਹ ਕਹਿੰਦੇ ਨੇ ਕਿ ਜ਼ਰੂਰੀ ਹੈਗਾ ਕਿ ਜਿਹੜਾ ਸਮਾਰਟ ਹੈਗਾ ਉਹਦੇ ਵਿੱਚ ਕੋਈ ਆਏ ਜੋ ਉਹ ਸਪੋਰਟ ਕਰੇਗਾ ਕਮਿਊਨਿਟੀ ਨੂੰ, ਤੇ ਮੈਨੂੰ ਪੁੱਛਿਆ ਕਮਿਊਨਿਟੀ ਦੇ ਜਿਹੜੇ ਲੋਕ ਹੈਗੇ ਨੇ ਕਿ ਅਗਰ ਤੂੰ ਇੰਟਰਸਟ ਹੈਗੀ ਹੈ ਤਾਂ ਮੈਂ ਕਿਆ ਹਾਂ, ਮੈਂ ਫਿਰ ਕਰਾਂਗੀ, ਠੀਕ ਹੈ। ਤਾਂ ਪਹਿਲੀ ਦਫਾ ਮੈਂ ਇਲੈਕਸ਼ਨ ਦੇ ਵਿੱਚ ਖੜੀ ਹੋਈ ਹਾਂ। ਤੇ ਪਹਿਲਾਂ ਕੋਈ ਐਕਸਪੀਰੀਅੰਸ ਨਹੀਂ ਤੁਹਾਡਾ ਕਦੇ ਇਲੈਕਸ਼ਨ ਕਿਸੇ ਟਾਈਪ ਦੀ ਵੀ ਇਲੈਕਸ਼ਨ ਨਹੀਂ ਲੜੀ?
ਸ਼ਾਇਦ ਹਾਈ ਸਕੂਲ ਮੈਂ ਠੀਕ ਹੈ ਉਹ ਆਪਣੀ ਜਗ੍ਹਾ ਤੇ ਹੈ ਤੇ ਤੁਸੀਂ ਮਤਲਬ ਇਹਦੇ ਚ ਇਲੈਕਸ਼ਨਾਂ ਚ ਤਾਂ ਕਾਫੀ ਭੱਜ ਦੌੜ ਕਰ ਰਹੇ ਹੋ ਇਸ ਤੋਂ ਪਹਿਲਾਂ ਵੀ ਸਾਨੂੰ ਪਤਾ ਲੱਗਿਆ ਕਿ ਗਵਰਨਰ ਆਫਿਸ ਚ ਵੀ ਤੁਸੀਂ ਕੰਮ ਕੀਤਾ ਸੀ ਹਾਂਜੀ ਇੱਕ ਸਾਲ ਹੋ ਗਿਆ ਮੈਂ ਗਵਰਨਰਸ ਆਫਿਸ ਜਿਹੜਾ ਹੈਗਾ ਬਿਜ਼ਨਸ ਆਫ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਮੈਂ ਕੰਮ ਕਰਦੀ ਪਈ ਹਾਂ ਅੱਛਾ ਤੇ ਕਮਿਊਨਿਟੀ ਐਂਡ ਲੋਕਲ ਇਕੁਇਟੀ ਗ੍ਰਾਂਟਸ ਯੂਨਿਟ ਦੇ ਵਿੱਚ ਤੇ ਮੈਂ ਗ੍ਰਾਂਟ ਮੈਨੇਜਰ ਹੈਗੀ ਹਾਂ ਨਾਨ ਪ੍ਰੋਫਿਟ ਜ਼ਿਆਦਾ ਜਿਹੜੇ ਹੈਗੇ ਨੇ ਉਹਨਾਂ ਨੂੰ ਸਪੋਰਟ ਕਰਦੇ ਨੇ ਗ੍ਰਾਂਟਸ ਦੇ ਨਾਲ ਤੁਸੀਂ ਮੈਂ ਪਹਿਲਾਂ ਵੀ ਜਿਵੇਂ ਪੁੱਛਿਆ ਕਿ ਪੈਂਡਮਿਕ ਕਰਕੇ ਤੇ ਕਾਫੀ ਪ੍ਰੋਬਲਮਸ ਆ ਰਹੀ ਹੈ ਕਿਵੇਂ ਸਾਰਾ ਮੈਨੇਜ ਕਰਦੇ ਹੋ ਆਪਣਾ ਬਿਜਲੀ ਦਾ ਬਿੱਲ ਨਹੀਂ ਪੇ ਕਰ ਸਕਦੇ ਤੇ ਉਹਨਾਂ ਦੀ ਜਿਹੜੀ ਬਿਜਲੀ ਹੈਗੀ ਹੈ ਜਨਵਰੀ ਫਸਟ ਨੂੰ ਬੰਦ ਹੋ ਜਾਏਗੀ ਤੇ ਇਸ ਵਾਸਤੇ ਸਮਾਰਟ ਦਾ ਜਿਹੜਾ ਹੁਣ ਰਿਸਪੋਂਸ ਹੈਗਾ ਕੋਰੋਨਾ ਵਾਇਰਸ ਦਾ ਜ਼ਰਾ ਮੈਨੂੰ ਨਹੀਂ ਨਜ਼ਰ ਆਉਂਦਾ ਪਿਆ ਕਿ ਹੁਣ ਅਸੀਂ ਕੀ ਇਸ ਤੋਂ ਬਾਅਦ ਕੀ ਉਹਨਾਂ ਦਾ ਪਲਾਨ ਹੈਗਾ ਤੇ ਮੈਂ ਚਾਹੁੰਦੀ ਹਾਂ ਕਿ ਜਿਹੜੇ ਲੋਕ ਆਪਣਾ ਬਿਜਲੀ ਦਾ ਬਿੱਲ ਨਹੀਂ ਪੇ ਕਰ ਸਕਦੇ ਉਹਨਾਂ ਦੇ ਵਾਸਤੇ ਕੋਈ ਰਸਤਾ ਹੋਏ ਕਿ ਉਹ ਕਿਵੇਂ ਪੇ ਕਰ ਸਕਣ ਤੇ ਅੱਗੋਂ ਵੀ ਅਸੀਂ ਸਾਨੂੰ ਪਲਾਨ ਕਰਨਾ ਚਾਹੀਦਾ ਹੈ ਸਾਡੀ ਜਿਹੜੀ ਨੇਬਰਹੁੱਡ ਹੈਗਾ ਉਹਨਾਂ ਦਾ ਐਨਰਜੀ ਨੀਡਸ ਕੀ ਹੈਗੇ ਨੇ ਤੇ ਅਸੀਂ ਕਿਵੇਂ ਪਲਾਨ ਕਰਨ ਨੈਕਸਟ 5 to 10 years ਵਾਸਤੇ ਤੇ ਇਸ ਵਾਸਤੇ ਮੈਂ ਕਹਿੰਦੀ ਹਾਂ ਕਿ ਪਹਿਲੇ ਤੇ ਜਿਹੜੇ ਲੋਕ ਹਨ ਉਹਨਾਂ ਦੇ ਐਨਰਜੀ ਨੀਡਸ ਅਪ ਹੋਏ ਨੇ ਇਨਕਰੀਜ਼ ਹੋਏ ਨੇ ਕਿਉਂਕਿ ਅਸੀਂ ਹੁਣ ਸਾਰੇ ਘਰ ਹੈਗੇ ਨੇ ਅਸੀਂ ਆਪਣੀ ਬਿਜਲੀ ਯੂਜ਼ ਕਰਦੇ ਪਏ ਨੇ ਅਸੀਂ ਕਹੀਂ ਹੋਰ ਜਾ ਕੇ ਨਹੀਂ ਯੂਜ਼ ਕਰ ਸਕਦੇ ਸਕੂਲ ਲਾਇਬ੍ਰੇਰੀ ਸਾਰੇ ਬੰਦ ਤੇ ਇੰਨੀ ਗਰਮੀ ਦੇ ਵਿੱਚ ਵੀ ਫਿਰ ਏਅਰ ਕੰਡੀਸ਼ਨ ਲਾਉਣਾ ਪੜਦਾ ਹੈ ਤੇ ਜਿਹੜਾ ਸਮਾਰਟ ਹੈਗਾ ਉਹ 5 to 8 ਵਜੇ ਤੱਕ ਸਾਰਿਆਂ ਨੂੰ 3 times ਜ਼ਿਆਦਾ ਬਿਜਲੀ ਦਾ ਚਾਰਜ ਕਰਦਾ ਤੇ ਰੇਟਸ ਇਨਕਰੀਜ਼ ਹੋਏ ਨੇ ਤੋ ਹੁਣ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਕੀ ਕਰਦੇ ਪਏ ਨੇ ਕਿਵੇਂ ਸਾਰਿਆਂ ਦੇ ਵਾਸਤੇ ਜ਼ਰਾ ਫੇਅਰਨੈਸ ਹੋਏ ਬਿੱਲ ਦੇ ਵਿੱਚ ਤਾਂ ਕਿ ਸਾਰੇ ਆਪਣੇ ਬਿੱਲਸ ਪੇ ਕਰ ਸਕਣ ਸਮਾਰਟ ਦਾ ਜਿਹੜਾ ਸੋਲਰ ਸਿਸਟਮ ਨਾਲ ਕੋਈ ਕੰਸਰਨ ਹੈਗਾ ਆਪਸ ਚ ਆਹੋ ਜਿਹੜਾ ਸਮਾਰਟ ਹੈਗਾ ਉਹ ਜਿਹੜਾ ਹੁਣ ਸਟੇਟ ਦਾ ਮੈਂਡੇਟ ਹੈਗਾ ਸੀ ਜਨਵਰੀ 1st ਨੂੰ ਜੀ ਸਟੇਟ ਨੇ ਕਿਹਾ ਕਿ ਜਿਹੜੇ ਸਾਰੇ ਨਵੇਂ ਘਰ ਬੰਦੇ ਪਏ ਨੇ ਕਾਨੂੰਨ ਕਹਿੰਦਾ ਕਿ ਉਹਨਾਂ ਦੇ ਉੱਤੇ ਸਾਰਿਆਂ ਦੇ ਸੋਲਰ ਹੋਏ ਜੀ ਜੀ ਤੇ ਜਿਹੜਾ ਸਮਾਰਟ ਹੈਗਾ ਉਹਨਾਂ ਨੇ ਕਿਹਾ ਇੱਕ ਮਹੀਨੇ ਬਾਅਦ ਉਹ ਗਏ ਕੈਲੀਫੋਰਨੀਆ ਐਨਰਜੀ ਕਮਿਸ਼ਨ ਤੇ ਤਾਂ ਉਹਨਾਂ ਨੇ ਕਿਹਾ ਨਹੀਂ ਜਿਹੜਾ ਸੈਕਰਾਮੈਂਟੋ ਦੇ ਵਿੱਚ ਘਰ ਬਣਨਗੇ ਰੂਫ ਟਾਪ ਦੇ ਉੱਤੇ ਨਾ ਸੋਲਰ ਪਾਓ ਅਸੀਂ ਸੋਲਰ ਫਾਰਮਸ ਬਣਾਉਣਗੇ ਓਕੇ ਰੀਅਲ ਨਦਰ ਸੋ ਫਿਰ ਅਸੀਂ ਪਾਵਰ ਦੇ ਓਕੇ ਮਤਲਬ ਆਊਟ ਆਫ ਦਾ ਮਤਲਬ ਹੋਮ ਜਿਹੜਾ ਹਾਂਜੀ ਵੱਖਰੇ ਪਲਾਂਟ ਲੱਗਣਗੇ ਹਾਂਜੀ ਤੇ ਜਿਹੜਾ ਮਸਲਾ ਹੁਣ ਹੈਗਾ ਹੈ ਕੰਪਨੀ ਦਾ ਉਹ ਕਹਿੰਦੇ ਨੇ ਕਿ ਅਸੀਂ ਮੋਨੋਪੋਲੀ ਕੰਟੀਨਿਊ ਕਰਨ ਐਸ ਸੋਲਰ ਐਨਰਜੀ ਦਾ ਓਕੇ ਮਗਰ ਜਿਹੜਾ ਸੋਲਰ ਟੈਕਨੋਲੋਜੀ ਹੈ ਸਾਨੂੰ ਪਤਾ ਹੈ ਇਹ ਪੀਪਲਸ ਟੈਕਨੋਲੋਜੀ ਹੈਗਾ ਜੀ ਜੀ ਰਾਈਟ ਲੋਕਾਂ ਦਾ ਟੈਕਨੋਲੋਜੀ ਹੈਗਾ ਜਿਹੜਾ ਮੁਫਤ ਐਨਰਜੀ ਮਿਲਦਾ ਹੈ ਸੰਤੋਂ ਸਾਨੂੰ ਵੀ ਜ਼ਰਾ ਫਾਇਦਾ ਚੁੱਕਣਾ ਚਾਹੀਦਾ ਤੇ ਹੁਣ ਕੁਦਰਤੀ ਜਿਹੜੀ ਚੀਜ਼ ਹੈ ਹਾਂਜੀ ਤੇ ਹੁਣ ਜਿਹੜਾ ਮਸਲਾ ਹੈਗਾ ਸਮਾਰਟ ਕਹਿੰਦਾ ਕਿ ਨਹੀਂ ਅਸੀਂ ਕੰਟੀਨਿਊ ਕਰਨ ਐਸ ਸੋਲਰ ਦਾ ਐਨਰਜੀ ਟੈਕਨੋਲੋਜੀ ਸਿਰਫ ਆਪਣਾ ਫਾਇਦਾ ਚੁੱਕਣ ਵਾਸਤੇ ਤੇ ਹੁਣ ਅਸੀਂ ਕਹਿੰਦੇ ਨੇ ਕਿ ਨਹੀਂ ਸਾਰਿਆਂ ਨੂੰ ਬੈਨੀਫਿਟ ਹੋਣਾ ਚਾਹੀਦਾ ਹੈ ਔਰ ਜਿਹੜੇ ਪੀਪਲਸ ਹੈਗੇ ਨੇ ਉਹਨਾਂ ਨੂੰ ਵੀ ਇਹ ਟੈਕਨੋਲੋਜੀ ਮਿਲਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਗਰਮੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਤਕਰੀਬਨ $500 ਹੁੰਦਾ ਸੀ ਬਹੁਤ ਮਹਿੰਗਾ ਰਾਈਟ ਤੇ ਹੁਣ ਜਿਹੜਾ ਮੈਂ ਨਵਾਂ ਘਰ ਲਿੱਤਾ 4 ਸਾਲ ਪਹਿਲੇ ਨਿਊ ਕੰਸਟਰਕਸ਼ਨ ਤੇ ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਅਗਰ ਤੁਸੀਂ ਸੋਲਰ ਲਾਣਾ ਛੱਤ ਦੇ ਉੱਤੇ ਮੈਂ ਕਿਹਾ ਆਹੋ ਤੇ $1,000 ਜ਼ਿਆਦਾ ਲੱਗਿਆ ਤੇ ਉਹ ਮੈਂ ਅਫੋਰਡ ਕਰ ਸਕਦੀ ਕਿਉਂਕਿ ਉਹ ਮੋਰਗੇਜ ਦੇ ਵਿੱਚ ਫਾਈਨੈਂਸ ਹੋ ਜਾਂਦਾ ਤੇ ਜਿਹੜਾ ਸੋਲਰ ਬੰਦਾ ਪਹਿਲੇ ਲਾਏ ਕੰਸਟਰਕਸ਼ਨ ਦੇ ਟਾਈਮ ਤੇ ਸਾਨੂੰ ਪਤਾ ਉਹ ਜ਼ਿਆਦਾ ਸਸਤਾ ਹੁੰਦਾ ਤੇ ਅਗਰ ਬੰਦਾ ਬਾਅਦ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰੇ ਬਹੁਤ ਮਹਿੰਗਾ ਫਿਰ ਤਕਰੀਬਨ $20,000 ਤੇ ਜਿਹੜਾ ਪ੍ਰਾਈਸ ਹੈਗਾ ਸਾਨੂੰ ਪਤਾ ਹੈ ਕਿ ਅਰਲੀ ਅਫੋਰਡੇਬਲ ਹੈਗਾ ਤੇ ਹੁਣ ਮੈਂ ਸੋਲਰ ਆਪਣੇ ਘਰ ਦੇ ਵਿੱਚ ਲਾਇਆ ਮੇਰੇ ਛੱਤ ਤੇ ਤੇ 2 ਸਾਲ ਬਾਅਦ ਮੈਂ ਆਪਣੀ ਗੱਡੀ ਵੀ ਲਿੱਤੀ ਹੈ ਇਲੈਕਟ੍ਰਿਕ ਤੁਹਾਨੂੰ ਪਤਾ ਨਾ ਗਵਰਨਰ ਨੇ ਕਿਹਾ ਹਾਂਜੀ ਹਾਂਜੀ ਤੇ ਹੁਣ ਇਹ ਗੱਲ ਬਣਦੀ ਹੈ ਕਿ ਠੀਕ ਹੈ ਆਹੋ ਮੇਰੀ ਹੁਣ ਸੇਵਿੰਗਸ ਹੁੰਦੀ ਹੈ ਮੈਂ ਸੋਲਰ ਕਸਟਮਰ ਹੈਗੀ ਹਾਂ
ਤੇ ਮੇਰੀ ਇਲੈਕਟ੍ਰਿਕ ਗੱਡੀ ਵੀ ਹੈਗੀ ਹੈ ਤੇ ਮੈਂ ਹੁਣ ਚਾਰਜ ਕਰ ਸਕਦੀ ਹਾਂ। ਮਗਰ ਬਾਤ ਇਹ ਵੀ ਬਣਦਾ ਹੈ ਕਿ 10-15 ਸਾਲ ਦੇ ਵਿੱਚ ਓਨਰਸ਼ਿਪ ਦੀ ਗੱਲ ਹੁਣ ਮੈਂ ਕਰਨਾ ਕਿ ਬਿਜਲੀ ਕੌਣ ਓਨ ਕਰਦਾ ਜੀ। ਤੇ ਹਾਲੇ ਤੇ ਗੈਸ ਸਟੇਸ਼ਨ ਬਹੁਤ ਜ਼ਿਆਦਾ ਹੈਗੇ ਨੇ, ਅਗਰ ਤੁਸੀਂ ਡਿਫਰੈਂਟ ਗੈਸ ਸਟੇਸ਼ਨ ਤੇ ਜਾਣਾ ਤੁਸੀਂ ਆਪਣੇ ਪੈਸੇ ਖਰਚ ਸਕਦੇ ਹੋ ਲੋਕਲ ਇਕਾਨਮੀ ਜੀ ਜੀ। ਮਗਰ 15 ਸਾਲ ਦੇ ਵਿੱਚ ਜਦੋਂ ਅਸੀਂ ਸਾਰੇ ਇਲੈਕਟ੍ਰਿਕ ਗੱਡੀਆਂ ਚਲਾਉਣਗੇ ਉਹ ਕੌਣ ਕੌਣ ਗੈਸ ਸਟੇਸ਼ਨ ਹੋਏਗਾ? ਸਿਰਫ ਇੱਕ ਸਮਾਰਟ ਹੋਏਗਾ, ਇੱਕ ਗੈਸ ਸਟੇਸ਼ਨ ਤੇ ਅਸੀਂ ਸਾਰੇ ਸਮਾਰਟ ਨੂੰ ਪੈਸੇ ਦੇਣਗੇ। ਤੇ ਹੁਣ ਬਾਤ ਹੁੰਦੀ ਹੈ ਇਕਾਨਮੀ ਦਾ, ਤੇ ਸਾਨੂੰ ਵੀ ਜ਼ਰਾ ਬੈਨੀਫਿਟ ਹੋਣਾ ਚਾਹੀਦਾ ਲੋਕਲ ਇਕਾਨਮੀ ਤੇ ਡਿਫਰੈਂਟ ਬਿਜ਼ਨੈਸਸ ਹੋਣੇ ਚਾਹੀਦੇ ਨੇ ਇਸ ਬਿਜਲੀ ਦੇ ਬਿਜ਼ਨਸ ਦੇ ਵਿੱਚ। ਬਹੁਤ ਅੱਛਾ, ਤੁਸੀਂ ਬੜੀ ਸਟੱਡੀ ਕੀਤੀ ਹੋਈ ਹੈ ਸਮਾਰਟ ਨਾਲ, ਕਾਫੀ ਨੌਲੇਜ ਰੱਖਦੇ ਹੋ। ਇੱਕ ਗੱਲ ਲਾਸਟ ਚ ਮੈਂ ਹੋਰ ਵੀ ਪੁੱਛਾਂਗਾ ਕਿ ਹੋਰ ਵੀ ਬੜੇ ਸੀਟਸ ਤੇ ਇਲੈਕਸ਼ਨ ਹੋ ਰਹੀਆਂ, ਚਾਹੇ ਉਹ ਕੌਂਸਲ ਮੈਂਬਰ ਆ ਚਾਹੇ ਉਹ ਅਸੈਂਬਲੀ ਆ ਜਾਂ ਤੁਸੀਂ ਸਮਾਰਟ ਨੂੰ ਹੀ ਕਿਉਂ ਚੁਣਿਆ? ਦੇਖੋ ਜਿਹੜਾ ਸਮਾਰਟ ਹੈਗਾ ਜ਼ਿਆਦਾ ਤੋਂ ਜ਼ਿਆਦਾ ਲੋਕੀ ਪਰਵਾਹ ਨਹੀਂ ਕਰਦੇ, ਕਿਉਂਕਿ ਜਦੋਂ ਅਸੀਂ ਬਿਜਲੀ ਦਾ ਗੱਲ ਕਰਦੇ ਨੇ ਸਾਨੂੰ ਸਿਰਫ ਦੋ ਚੀਜ਼ਾਂ ਚਾਹੀਦੀਆਂ ਨੇ, ਇੱਕ ਸਾਡੇ ਬੱਤੀਆਂ ਆਨ ਰਹਿਣ ਤੇ ਦੂਜਾ ਸਾਡਾ ਬਿੱਲ ਲੋਅਰ ਹੈ। ਮਗਰ ਹੁਣ ਜਿਹੜਾ ਮਸਲਾ ਹੈਗਾ ਸਮਾਰਟ ਦਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ। ਸਿੰਸ ਦ ਟਾਈਮ ਕਿ ਮੈਂ ਸ਼ੁਰੂ ਕੀਤਾ ਨਾ ਆਪਣਾ ਇਲੈਕਸ਼ਨ ਦਾ ਕੈਂਪੇਨ, ਜ਼ਿਆਦਾ ਤੋਂ ਜ਼ਿਆਦਾ ਮੇਰਾ ਜਾਬ ਜਿਹੜਾ ਹੈਗਾ ਐਜੂਕੇਸ਼ਨ ਔਰ ਅਵੇਅਰਨੈਸ, ਕਿ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਜਿਹੜਾ ਸਮਾਰਟ ਹੈਗਾ ਉਹ ਪਬਲਿਕ ਯੂਟੀਲਿਟੀ ਕੰਪਨੀ ਹੈਗਾ, ਦਾ ਮਤਲਬ ਹੈਗਾ ਕਿ ਅਸੀਂ ਓਨ ਕਰਦੇ ਨੇ, ਸਾਡਾ ਹੀ ਹੈਗਾ ਆਪਾਂ ਖੁਦ ਓਨ ਕਰਦੇ ਹਾਂ। ਯੈਸ, ਤੇ ਨਾ ਅਸੀਂ ਟੈਨਸ਼ਨ ਪੇ ਕਰਦੇ ਹਾਂ, ਜ਼ਿਆਦਾ ਤੋਂ ਜ਼ਿਆਦਾ ਲੋਕੀ ਸਿਟੀ ਕਾਉਂਸਲ ਤੇ ਕਾਉਂਟੀ ਦਾ ਮੀਟਿੰਗਸ ਤੇ ਜਾਂਦੇ ਨੇ ਤੇ ਹਾਜ਼ਰ ਹੁੰਦੇ ਨੇ। ਮਗਰ ਜਿਹੜਾ ਸਮਾਰਟ ਹੈਗਾ ਉਹ ਵੀ ਬਹੁਤ ਜ਼ਰੂਰੀ ਇੰਸਟੀਟਿਊਸ਼ਨ ਹੈਗਾ, ਤੇ ਮੈਂ ਚਾਹੁੰਦੀ ਹਾਂ ਕਿ ਰਿਪ੍ਰੈਜ਼ੈਂਟੇਸ਼ਨ ਹੋਏ ਸਮਾਰਟ ਬੋਰਡ ਤੇ, ਤੇ ਇਸ ਵਾਸਤੇ ਮੈਂ ਚੂਜ਼ ਕੀਤਾ। ਫਾਤਮਾ ਮਲਿਕ ਜੀ, ਤੁਸੀਂ ਬਹੁਤ ਵਧੀਆ ਜਿਹੜੀਆਂ ਗੱਲਾਂ ਬਾਤਾਂ ਸਾਨੂੰ ਅੱਜ ਸਾਂਝੀਆਂ ਕੀਤੀਆਂ। ਅਸੀਂ ਆਪਣੇ ਦਰਸ਼ਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਫਾਤਮਾ ਮਲਿਕ ਸਾਡੀ ਆਪਣੀ ਪੰਜਾਬਣ ਕੁੜੀ ਆ, ਤੇ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਦੀ ਸਪੋਰਟ ਕਰੋ, ਇਹਨਾਂ ਨੂੰ ਵੋਟ ਪਾਓ, ਤੇ ਕਿਉਂਕਿ ਜਿਵੇਂ ਪਹਿਲਾਂ ਦੱਸ ਚੁੱਕੇ ਹਾਂ ਕਿ ਸੈਕਰਾਮੈਂਟੋ ਕਾਉਂਟੀ ਡਿਸਟ੍ਰਿਕਟ 5 ਤੋਂ ਇਹ ਕੈਂਡੀਡੇਟ ਹੈਗੇ ਆ, ਤੁਹਾਡੇ ਘਰ ਦੇ ਵਿੱਚ ਹੀ ਜਿਹੜੀਆਂ ਅੱਜ ਕੱਲ੍ਹ ਬੈਲਟ ਪੇਪਰ ਜਿਹੜੇ ਉਹ ਪਹੁੰਚ ਚੁੱਕੇ ਆ, ਤੇ ਉਹ ਜ਼ਰੂਰੀ ਨਹੀਂ ਕਿ ਤੁਸੀਂ ਟਾਈਮ ਦੀ ਉਡੀਕ ਕਰਨੀ ਹੈ ਕਿ 3 ਨਵੰਬਰ ਨੂੰ ਵੋਟ ਪਾਉਣੀ ਆ, ਜਿੰਨੀ ਜਲਦੀ ਤੋਂ ਜਲਦੀ ਜਿਹੜਾ ਹੈਗਾ ਜਿਹੜਾ ਬੈਲਟ ਪੇਪਰ ਆ ਬਾਈ ਮੇਲ ਭੇਜ ਦਿਓ, ਕਿਉਂਕਿ ਉੱਥੇ ਕੋਈ ਟਿਕਟ ਵੀ ਨਹੀਂ ਲੱਗਦੀ, ਬਿਲਕੁਲ ਫਰੀ ਆ, ਸਿਰਫ ਫਾਤਿਮਾ ਮਲਿਕ ਦਾ ਨਾਂ ਉਹਦੇ 'ਤੇ, ਬਾਕੀ ਕੈਂਡੀਡੇਟਸ ਜਿਹੜੇ ਤੁਹਾਡੇ ਆਪਣੇ ਹੋਣਗੇ ਉਹਦੇ ਨਾਲ ਨਾਲ ਫਾਤਿਮਾ ਮਲਿਕ ਨੂੰ ਵੀ ਵੋਟ ਜ਼ਰੂਰ ਪਾਓ। ਇਹ ਸਾਡੇ, ਅਸੀਂ ਪੰਜਾਬ ਮੇਲ ਵੱਲੋਂ ਵਿਸ਼ੇਸ਼ ਤੌਰ 'ਤੇ ਅਪੀਲ ਕਰਦੇ ਹਾਂ ਸਾਰਿਆਂ ਨੂੰ। ਫਾਤਿਮਾ ਜੀ, ਅਸੀਂ ਤੁਹਾਨੂੰ ਬੈਸਟ ਵਿਸ਼ੇਸ਼ ਕਹਿੰਦੇ ਹਾਂ, ਅਤੇ ਜਦੋਂ ਅਗਲੀ ਵਾਰੀ ਤੁਸੀਂ ਸਾਡੇ ਸਟੂਡੀਓ ਆਓਗੇ ਤਾਂ ਉਮੀਦ ਕਰਦੇ ਹਾਂ ਕਿ ਸਮਾਰਟ ਬੋਰਡ ਮੈਂਬਰ ਬਣ ਕੇ ਜ਼ਰੂਰ ਸਾਨੂੰ ਇੱਥੇ ਪਹੁੰਚਾਓਗੇ। ਥੈਂਕ ਯੂ, ਸ਼ੁਕਰੀਆ।